ठीक है, उस तो बाद विच हरचरण सिंह का किता केड़ा सी, काम केड़ा करते सन है, किता किता लिखा हुआ इतने देखो जरा जिथे लेखक बारे लिखा होता है। अध्यापन का किता इन्होंने किता, ठीक है, इतने थोड़े ऑप्शन ने इनू लिख लो। डॉक्टर हरचरण सिंह का किता केड़ा सी, मतलब ये केड़ा काम करते सन, व्यापार, वकालत, अध्यापन या डॉक्टरी? अध्यापन, ठीक है। किता कम हरचरण सिंह दा जद्दी पिंड, जद्दी पिंड केड़ा है? इथे लिखा होया है जद्दी पिंड का नाम ही लिखा होया। एक मिनट रुको, ये बने हुए हैं। उड़ापड़, ठीक है, जद्दी पिंड भी इन्हों का लिख लो। उड़ापड़, उड़ापड़ शहीद भगत सिंह नगर, ये इन्हों का जद्दी पिंड है, ठीक है। बेटा लिसन, नहीं 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 नहीं, हरचरण सिंह का किता हरचरण सिंह का है, माता पिता का सिर्फ नाम है, ठीक है। राइटर बारे भी आ सकता है, तो थोड़ा सा इनू भी पढ़ लो, सीरियस हो जाओ, क्लियर है। डॉक्टर हरचरण सिंह पंजाब यूनिवर्सिटी पटियाला दे पंजाबी विभाग विच किस औहदे ते रहे? सारे लिखवाए हुए ने, मैं थानू प्रोफेसर रहे, प्रोफेसर अते मुखी। इथे ऑप्शन देखो की है, प्रोफेसर अते मुखी, सेकेंड लेक्चरर, थर्ड सहायक प्रोफेसर, फोर्थ खोज सहायक। तो फर्स्ट ऑप्शन प्रोफेसर अते मुखी, ठीक है। जे कला प्रोफेसर आ गया तो फिर तुसी कला ही प्रोफेसर लिखोगे, जे उधर प्रोफेसर तो उधर मुखी आ गया फिर नेचुरली सी डी ऑप्शन केड़ी होएगी, ए बी बोथ, ठीक है। उस तो बाद इन्हां दी रचनावां, रचनावां थोड़ी बुक ते लिखी हुई ने, मैं थोड़ा लिखवाइया भी हुई है, लर्न एक बार गो थ्रू तो थानू होना ही पैना ना। सपोज की, हाँ जी बेटा देखो, अगर थानू क्वेश्चन आ गया केड़ी रचना है, हो सकता है कि वह दौड़िया पोचिया किसी होर राइटर दिया पालन, एक बार थानू गो थ्रू तो होना ही पैना है, नहीं आते तो फिर थानू लर्न तो करने पैने है ना। ਆਣੀਆਂ ਚਾਰ ਆਪਸ਼ਨ ਸੀ ਹੈ, ਅਗਰ ਮੰਨ ਲਓ ਕਿ ਇੱਕ ਆਪਸ਼ਨ ਸਹੀ ਹੋਈ ਜਾਂ ਇੱਕ ਆਪਸ਼ਨ ਗਲਤ ਹੋਈ, ਫਿਰ ਪੁੱਛਿਆ ਜਾ ਸਕਦਾ ਕਿਹੜੀ ਰਚਨਾ ਨਹੀਂ ਹੈ ਜਾਂ ਪੁੱਛਿਆ ਜਾ ਸਕਦਾ ਕਿਹੜੀ ਰਚਨਾ ਹੈ। ਇੱਕ ਵਾਰੀ ਗੋ ਥਰੂ ਤਾਂ ਸਾਰੀਆਂ ਰਚਨਾਵਾਂ ਨਾਲ ਤੁਹਾਨੂੰ ਹੋਣਾ ਹੀ ਪੈਣਾ ਹੈ। ਮੈਂ ਤਾਂ ਹੀ ਤੁਹਾਨੂੰ ਰਾਈਟਰਸ ਬਾਰੇ ਪ੍ਰੋਪਰਲੀ ਲਿਖਾਇਆ ਸੀ, ਇਹਨਾਂ ਇਹਦੇ ਬਾਰੇ ਵੀ ਲਿਖਵਾਇਆ ਹੈ, ਆਈ ਥਿੰਕ 17-18 ਕੁਸ਼ਚਨ ਇਹਦੇ ਵੀ ਬਣ ਚੁੱਕੇ ਸੀ, ਠੀਕ ਹੈ ਨਾ। ਉਹ ਮੈਂ ਤੁਹਾਨੂੰ ਹੈਡਿੰਗਸ ਲਿਖਵਾਏ ਹੋਏ ਆ, ਮਾਤਾ ਪਿਤਾ ਕਿੱਥੇ ਹੋਇਆ, ਕਦੋਂ ਹੋਇਆ ਜਨਮ, ਕਿਹੜੇ ਕਿਹੜੇ ਕੰਮ ਕੀਤੇ ਆ, ਕਿਹੜੀਆਂ ਕਿਹੜੀਆਂ ਰਚਨਾਵਾਂ ਆ, ਉਹ ਇਸੇ ਪਰਪਸ ਲਈ ਕਿ ਤੁਸੀਂ ਉਹਨੂੰ ਪੜ੍ਹ ਲਓ। ਹੁਣ ਇਹਦੇ ਸੁਣ ਲਓ, ਸੁਣ ਕੇ ਇੱਕ ਵਾਰੀ ਮਾਇੰਡ ਵਿੱਚ ਜ਼ਰੂਰ ਰਹਿ ਜਾਂਦਾ, ਠੀਕ ਹੈ। ਹੁਣ ਰਚਨਾਵਾਂ ਇਹਨਾਂ ਦੇਖੋ ਕਿਹੜੀਆਂ ਕਿਹੜੀਆਂ ਨੇ, ਕਮਲਾ ਕੁਆਰੀ, ਰਾਜਾ ਪੋਰਸ, ਜੀਵਨ ਲੀਲਾ, ਖੇਡਣ ਦੇ ਦਿਨ ਚਾਰ, ਪੰਜ ਗੀਟੜਾ, ਦੂਰ ਦੁਰਾਡੇ ਸ਼ਹਿਰੋਂ, ਤੇਰਾ ਘਰ ਸੋ ਮੇਰਾ ਘਰ, ਮੁੜਕੇ ਦੀ ਖੁਸ਼ਬੂ, ਸ਼ੋਭਾ ਸ਼ਕਤੀ, ਰੱਤਾ ਸਾਲੂ, ਕੱਲ ਅੱਜ ਤੇ ਪਲਕ, ਹਿੰਦ ਦੀ ਚਾਦਰ, ਦੇਖ ਕਬੀਰਾ ਰੋਇਆ, ਮਸੀਹਾ ਸੂਲੀ ਤੇ ਮੁਸਕੁਰਾਇਆ, ਪੰਜਾਬ ਦੀ ਇੱਕੋ ਮਰਦ ਰਾਣੀ ਜਿੰਦਾ, ਜੀਵਨ ਲੀਲਾ, ਸਾਂਝਾ ਰਾਜ, ਪੰਜ ਗੀਟੜਾ, ਸਪਤ ਰਿਸ਼ੀ, ਕਾਇਆ ਕਲਪ, ਪੱਛਮ ਦਾ ਮਾਇਆ ਜਾਲ ਆਦਿ। ਹੋਰ ਵੀ ਨੇ, ਇੱਕ ਵਾਰੀ ਗੋ ਥਰੂ ਹੋ ਜਾਈ ਉਹਦੇ ਨਾਲੋ। ਨਹੀਂ 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 ਨਹੀਂ, ਉਦਾਂ ਹੀ ਆਏਗਾ। ਮੇਲਨੇ ਪੁਰਸਕਾਰਾਂ ਦਾ ਆਉਂਦਾ ਹੁੰਦਾ, ਪਰ ਕਿਤੇ ਕਿਤੇ ਪੁੱਛਿਆ ਗਿਆ ਹੈ ਕਿ ਕਿਹੜੀ ਰਚਨਾ ਨਹੀਂ ਹੈ। ਹੁਣ ਇਹਨਾਂ ਨੂੰ ਪੁਰਸਕਾਰ ਕਿਹਦੇ ਲਈ ਮਿਲਿਆ? ਕੱਲ ਅੱਜ ਤੇ ਪਲਕ ਲਈ।
ਕਿੱਥੋਂ ਸਾਹਿਤ ਅਕਾਦਮੀ ਦਿੱਲੀ ਵੱਲੋਂ ਮਿਲਿਆ ਇਹਨਾਂ ਨੂੰ ਠੀਕ ਹੈ ਦਿੱਲੀ ਵਾਲਿਆਂ ਨੇ ਕਿਹੜਾ ਪੁਰਸਕਾਰ ਦਿੱਤਾ ਚਲੋ ਮੈਂ ਦੁਬਾਰਾ ਪੁੱਛਣਾ ਹੈ 10 ਮਿੰਟ ਬਾਅਦ ਮੈਂ ਪੁੱਛਣਾ ਜ਼ਰੂਰ ਹੈ ਤੁਹਾਡੇ ਕੋਲੋਂ ਕੱਲ ਅੱਜ ਤੇ ਪਲਕ ਨੂੰ ਕਿਹਨਾਂ ਨੇ ਅਵਾਰਡ ਦਿੱਤਾ ਦਿੱਲੀ ਨੇ ਠੀਕ ਹੈ ਫਿਰ ਇਹਨਾਂ ਨੂੰ ਆਪਾ ਕੈਨੇਡਾ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਦੀ ਅਵਾਰਡ ਮਿਲਿਆ ਕਰਤਾਰ ਸਿੰਘ ਧਾਲੀਵਾਲ ਅਵਾਰਡ ਠੀਕ ਹੈ ਫਿਰ 12 ਅਪ੍ਰੈਲ 2006 ਨੂੰ ਇਹਨਾਂ ਦਾ ਦੇਹਾਂਤ ਹੋ ਗਿਆ ਠੀਕ ਹੈ ਜੋਤੀ ਜੋਤ ਸਮਾਣਾ ਆਪਾਂ ਇਹਨਾਂ ਲਈ ਨਹੀਂ ਬੋਲਦੇ ਉਹ ਅਸੀਂ ਗੁਰੂਆਂ ਲਈ ਬੋਲਦੇ ਕਲੀਅਰ ਹੈ ਜੀ ਨੈਕਸਟ ਕੁਐਸਚਨ ਹਿੰਦ ਦੀ ਚਾਦਰ ਕਿਸਦਾ ਨਾਟਕ ਹੈ ਹਰਚਰਨ ਸਿੰਘ ਦਾ ਜਾਂ ਇਹ ਪੁੱਛਿਆ ਜਾ ਸਕਦਾ ਹੈ ਕਿ ਡਾਕਟਰ ਹਰਚਰਨ ਸਿੰਘ ਦਾ ਕਿਹੜਾ ਨਾਟਕ ਹੈ ਜਾਂ ਡਾਕਟਰ ਹਰਚਰਨ ਸਿੰਘ ਦੇ ਕਿਹੜੇ ਨਾਟਕ ਨੂੰ ਪੁਰਸਕਾਰ ਮਿਲਿਆ ਆਪਸ਼ਨਸ ਆ ਸਕਦੀਆਂ ਨੇ ਰੱਤਾ ਸਾਲੂ ਕੱਲ ਅੱਜ ਤੇ ਪਲਕ ਕਮਲਾ ਕੁਵਾਰੀ ਖੇਡਣ ਦੇ ਕੱਲ ਅੱਜ ਤੇ ਪਲਕ ਠੀਕ ਹੈ ਸਨਮਾਨ ਵਾਲਾ ਤੇ ਦਿਮਾਗ ਵਿੱਚ ਰੱਖਣਾ ਹੀ ਰੱਖਣਾ ਹੈ ਤੁਸੀਂ ਕਲੀਅਰ ਹੈ ਡਾਕਟਰ ਹਰਚਰਨ ਸਿੰਘ ਦਾ ਕਿਹੜਾ ਨਾਟਕ ਹੈ ਹੁਣ ਦੇਖੋ ਇਹਦੇ ਵਿੱਚ ਕੁਐਸਚਨ ਆ ਗਿਆ ਚਾਰ ਆਪਸ਼ਨ ਕਲਾਕਾਰ ਹੈ ਕਣਕ ਦੀ ਬੱਲੀ ਰੱਤਾ ਸਾਲੂ ਧਮਕ ਨਗਾਰੇ ਦੀ ਸੋ ਇਹਦੇ ਵਿੱਚ ਠੀਕ ਹੈ ਹੁਣ ਦੇਖੋ ਇਹ ਵੀ ਤਾਂ ਕੁਐਸਚਨ ਕਿਸੇ ਨੇ ਬਣਾਏ ਨੀ ਨਾ ਹੁਣ ਪੇਪਰ ਸੈੱਟ ਕਰਨ ਵਾਲਾ ਕੀ ਪਤਾ ਕਿਤੋਂ ਦੀ ਵੀ ਪੇਪਰ ਲੈ ਸਕਦਾ ਕਿਉਂਕਿ ਤੁਹਾਡੀ ਐਮਸੀਕਿਊਸ ਦੀਆਂ ਕਾਫੀ ਸਾਰੀਆਂ ਬੁੱਕਸ ਆ ਚੁੱਕੀਆਂ ਨੇ ਠੀਕ ਹੈ ਬੁੱਕਸ ਇੰਨੀਆਂ ਸਾਰੀਆਂ ਪੜ੍ਹਨ ਨਾਲੋਂ ਬੈਟਰ ਇਹੀ ਹੈ ਕਿ ਤੁਸੀਂ ਜਿਹੜੀ ਆਪਣੀ ਤੁਹਾਡੀ ਟੈਕਸਟ ਬੁੱਕ ਹੈ ਇਹਨੂੰ ਹੀ ਤੁਸੀਂ ਥੋਰਲੀ ਪੜ੍ਹ ਲਓਗੇ ਤੇ ਤੁਹਾਡੀ ਪ੍ਰੋਪਰਲੀ ਤਿਆਰੀ ਹੋ ਜਾਏਗੀ ਲਾਈਨ ਟੂ ਲਾਈਨ ਜਦੋਂ ਤੁਹਾਨੂੰ ਚੈਪਟਰ ਪੜ੍ਹਾਇਆ ਸੀ ਉਦੋਂ ਕਰਵਾਇਆ ਗਿਆ ਸੀ ਕਾਫੀ ਕੁਐਸਚਨ ਠੀਕ ਹੈ ਡਾਕਟਰ ਹਰਚਰਨ ਸਿੰਘ ਦੇ ਇਹਦਾ ਮਤਲਬ ਜਿੱਥੇ ਬੇਸਿਕਲੀ ਰਹਿੰਦਾ ਸੀ ਸ਼ੇਖੂਪੁਰਾ ਤੇ ਇੱਕ ਜ਼ਿਲ੍ਹਾ ਹੋ ਗਿਆ ਨਾ ਹੁਣ ਜਿਸ ਤਰ੍ਹਾਂ ਜਲੰਧਰ ਹੈ ਠੀਕ ਹੈ ਪਰ ਕਈਆਂ ਦੀ ਬੈਕਗ੍ਰਾਉਂਡ ਜਲੰਧਰ ਥੋੜੀ ਹੈ ਕਈ ਜਿੱਥੇ ਉਹਨਾਂ ਦੇ ਦਾਦਕੇ ਰਹਿੰਦੇ ਨੇ ਉਹਨੂੰ ਆਪਾਂ ਵੰਸ਼ ਕਹਿੰਦੇ ਹਾਂ ਠੀਕ ਹੈ ਜੱਦੀ ਪਿੰਡ ਰਾਈਟ ਹੁਣ ਕਾਫੀ ਸਾਰੇ ਲੋਕ ਨੇ ਉਹ ਪਾਰਟੀਸ਼ਨ ਤੋਂ ਬਾਅਦ ਵਿੱਚ ਇੱਥੇ ਆਏ ਨੇ ਕਾਫੀ ਲੋਕ ਇੱਥੇ ਆ ਕੇ ਬੱਸ ਗਏ ਪਰ ਉਹਨਾਂ ਦਾ ਜੱਦੀ ਪਿੰਡ ਤਾਂ ਉੱਧਰ ਹੀ ਰਹਿ ਗਿਆ ਨਾ ਇੱਧਰ ਤਾਂ ਨਹੀਂ ਹੈਗਾ ਉਹਨਾਂ ਦਾ ਜੱਦੀ ਪਿੰਡ ਨਾ ਡਾਕਟਰ ਹਰਚਰਨ ਸਿੰਘ ਦੇ ਕਿਸ ਨਾਟਕ ਨੂੰ ਇਹ ਆਪਾਂ ਕਰ ਚੁੱਕੇ ਹਾਂ ਡਾਕਟਰ ਹਰਚਰਨ ਸਿੰਘ ਦਾ ਦੇਹਾਂਤ ਕਦੋਂ ਹੋਇਆ 12 ਅਪ੍ਰੈਲ 2006 ਠੀਕ ਹੈ ਨੈਕਸਟ ਕੁਐਸਚਨ ਇਕਾਂਗੀ ਨਾਲ ਰਿਲੇਟਡ ਰਾਈਟਰ ਨਾਲ ਰਿਲੇਟਡ ਖਤਮ ਹੋ ਗਏ ਠੀਕ ਹੈ ਓਕੇ ਸਟਾਰਟਿੰਗ ਸਮਾਂ ਕਿਹੜਾ ਹੈ 1706 ਦਾ ਸਮਾਂ ਹੈ ਸਵੇਰ ਸਾਰ ਠੀਕ ਹੈ ਅਹਿਮਦ ਨਗਰ ਦੱਖਣ ਕਿਉਂਕਿ ਇਕਾਂਗੀ ਇੱਕੋ ਹੀ ਹੈ ਸੋ ਸਮਾਂ ਵੀ ਪੁੱਛਿਆ ਜਾ ਸਕਦਾ ਬਾਕੀ ਤਾਂ ਸਟੋਰੀਆਂ ਉਹਦੇ ਵਿੱਚ ਸਮਾਂ ਸਮਾਂ ਤਾਂ ਪੁੱਛਿਆ ਨਹੀਂ ਜਾ ਸਕਦਾ ਠੀਕ ਹੈ ਰਾਈਟ ਉਸ ਤੋਂ ਬਾਅਦ ਵਿੱਚ ਸਥਾਨ ਇਹ ਹੈ ਅਹਿਮਦ ਨਗਰ ਦੱਖਣ ਠੀਕ ਹੈ ਸਮਾਂ ਸਵੇਰ ਦਾ 1706 ਈਸਵੀ ਦੀ ਗੱਲ ਹੈ ਇੰਨਾ ਕਲੀਅਰ ਹੈ ਸਭ ਨੂੰ ਠੀਕ ਹੈ ਉਸ ਤੋਂ ਬਾਅਦ ਵਿੱਚ ਇਹਦੇ ਪਾਤਰ ਸਭ ਨੇ ਨੀ ਬੋਲਣਾ ਸਾਰੇ ਨੀ ਬੋਲਣਗੇ ਭਾਵੇਂ ਸਿਰਫ ਭਾਵਿਨ ਦੀ ਆਵਾਜ਼ ਹੈ ਹੋਰ ਕਿਸੇ ਦੀ ਨਾ ਹੈ ਪਾਤਰ ਤੀਸਰੀ ਵਾਰੀ ਹੋ ਚੱਲਾ ਇਹ ਕਾਂਗੀ ਪਾਤਰ ਭਾਵਿਨ ਓਨਲੀ ਭਾਵਿਨ ਅਸਤ ਖਾਨ ਠੀਕ ਹੈ ਪੂਰਾ ਨਾਮ ਕੀ ਹੈ
काम बस पत्थर है आवाज है आवाज है पत्थर क्यों नहीं है, है। उसको बाद विच हौली हौली चलना आप ठीक है पत्थर हो गए पेड़ स्टार्टिंग विच औरंगजेब नो की पसंद नहीं थी या जिंदगी नो की कहंदा सी आवाज जिंदगी नो की कहंदी है रंग तमाशा ठीक है ते आवाज ओनु डरा क्यों रही है ओने जुल्म किते ओने केड़े केड़े जुल्म किते कि ओने खुद ओ खुद सी जिम्मेदार पर ऑर्डर तो ओने दिता सी ऑर्डर किने दिता सी मारन दा बच्चियां नु मारन दे लिए ओने हां नहीं सी कीती ओने ओने श्री गुरु तेग बहादुर जी नु मारन दा हुक्म दिता सी ते वजीर खान ने छोटे साहिबजादियां नु ओदे तो पुछे तो बिना ही केदे विच चिणवा दिता नीहां विच चिणवा दिता ठीक है क्लियर है फिर जिहड़ी गुरु गोबिंद सिंह जी दी इह चिट्ठी सी इह किनवीं चिट्ठी सी दूसरी चिट्ठी ठीक है पहला उन्होंने चिट्ठी भेजी उदो औरंगजेब मन्नण लई रेडी होया नहीं होया औरंगजेब गुरु गोबिंद सिंह जी नूं मन्नण लई बिलकुल रेडी नहीं होया दूसरी बार च किथे मन्नण लई रेडी होया मालवे दे कांगड़ नगर विच ठीक है ये भी पूछा जा सकता है क्लियर है और चिट्ठी लेके कौन आया सी भाई दया सिंह और औरंगजेब ने दो अपने ऐसा दे जिन्हां उत्ते उन्हें विश्वास सी वो कौन सन मीर मुंशी ते भाई दया सिंह जेरे हाथ ने चिट्ठी अगो दी भेजनी सी बेटा पात्र हुंदा जिन्हां दा कोई ना कोई डायलॉग आवे इन्हों का बाकिया ने किसी का कोई डायलॉग नहीं सीगा ठीक है औरंगजेब जेड़ा है वह महत्वपूर्ण पात्र है ते जीना जीना केड़ी पात्र है मुख पात्र है बेगम उदयपुरी शाही हकीम सहायक पात्र इन्ना ते पता ना जेदे आले दुआले कांगी घुमरी होवे या ओ मेन फोकस होते कीता जावे ओ महत्वपूर्ण हुंदा ठीक है उस तो बाद विच जेड़ा थोड़ा बहुता डायलॉग्स होण ज्यादा होण ओ की हुंदा है मुख पात्र जेदा थोड़ा बहुता रोल होवे जिस तरह शाही हकीम दा है ओ सहायक पात्र हो गए बेगम उदयपुरी भी सहायक पात्र ही है अस्त खान ते जेड़ी जीनत है ना ए मुख पात्र ने क्योंकि अस्त खान दा काफी सारे डायलॉग्स आ रहे हैं ठीक है और थानू ए भी पूछा जा सकता है और अगे थानू डायलॉग्स भी दिते जा सकते ने जिस तरह ओके एक डायलॉग सुनो बुड्ढे बादशाह तू भी अपने बाप शाहजहां दी मौत दा इंतजार नहीं सी कीता ए शब्द किसने कहे किसनो कहे ठीक है ए डायलॉग्स भी आ सकते ने और डायलॉग्स एक बारी देख लियो गो थ्रू हो जाइयो इतना कुफर
कौन ने है लोग जो मौत तो एने बेखबर ने किनू कहे आवाज सुन गए ओके वजीर खान ने मेरे नाते झूठियां कसमां खा के गुरु नो आनंदपुर तो कढवाया पिछो धोखे नाल हमला कर दिता अस्त खान थोड़ी कैसी जीनत नु कैसी जीनत ओके ओके ठीक है फिर देखो फर्स्ट पेज से जेड़े ओ ओने कुपर दे ठेकेदार किसनों क्या है अस्त खान तो क्या ही नहीं उन्हें नहीं अस्त खान पे ओदा बहुत खास सी दोस्त सी अहलकार फौजदार सूबेदार इन्हां नूं उन्होंने क्या सीगा ठीक है ए पिता का की नाम से औरंगजेब के पिता का नाम शाहजहान क्यों मारिया सी शाहजहान नूं तख्त लई ते औरंगजेब का बागी बेटा बागी बेटा जिन्ने ओदे खिलाफ विरोध किया सी बागी बागी पुत्र एक मिनट दस अकबर कामबख्श थोड़ी सी बागी पुत्र अकबर ते कामबख्श नाल की रिलेशन सी बेगम उदयपुरी दा बेटा कामबख्श ठीक है ते बेगम उदयपुरी औरंगजेब दी तीसरी पत्नी ठीक है औरंगजेब हुण बेगम उदयपुरी दे बच्चे जीनत कामबख्श ठीक है अकबर बेगम उदयपुरी का बेटा नहीं सी ओ सी बागी पुत्र ओदियां पहलियां दो पत्नियां विचों दी बागी किहनूं कहिंदे ने ओही वाला है नहीं ओ वाला नहीं 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 ओ नहीं हो ओके बागी पुत्र क्यों सी क्योंकि ओने औरंगजेब दी गल नहीं मन्नी औरंगजेब सी लोका ते किन्ने साल ओने प्रजा ते 48 to 50 years हुण तुसी कह रहे हो ऑप्शन दे विच मान लो के 48 भी आ गया उधरों 50 भी आ गया एदा कदी नहीं होएगा ठीक है 48 तो 50 47 तो 50 40 तो इस तरह करके आएंगे या कल्ला 48 आएगा 48 सालों ने राज किया औरंगजेब ने उन्हें हमेशा दुख दर्द ही दिता प्रजा नूं ठीक है हुण वंश पुछते आ बागी बागी मीनस हुंदा आ कि उन्हें अपने पिता की गल नहीं मनी उतो बागी हो गया मतलब ओदे विरुद्ध खड़ा हो जाता सीगा ठीक है उन्होंने आपां कहिंदे बागी और बेटी बागी कौन सी जेब उन निसा बेगम उदयपुरी दी नहीं 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 बेगम उदयपुरी ना एदी ते कामबख्श ए दोनों आपस विच सखे भैन भरा सन ठीक है बेगम उदयपुरी दी बच्चे ते अकबर ते जेबुन्नसा ओ इन्हां दोनों जिहड़ियां पहलियां दो होणगियां मे भी उन्हां विचों ठीक है क्लियर है रिलेशन वगैरह सारे क्लियर है हां जी कामबख्श ने बेटा एदा कोई रोल नहीं है ए एदा बेटा सीगा बेगम उदयपुरी दा बस नाम ही है ठीक है तीन पत्नियां सी ए तीसरी पत्नी सी ठीक है सारा हो गया रिलेशन केदा कौन बेटा सी इतना क्लियर है ओके पर्दा उठन समय किस दी आवाज सुनाई दिंदी है पर्दा उठन समय किस दी आवाज सुनाई दिंदी है हनेरी चखड़ दी संगीत दी लड़ाई दी या नहरियां दी हनेरी चखड़ दी